ਵੈਲਕਮ ਬੈਕ। ਅੱਜ ਦਾ ਮੁੱਦਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੇ ਇੱਕ ਬੜੇ ਹੀ ਅਹਿਮ ਮਸਲੇ ਦੀ, ਬੜੇ ਹੀ ਅਹਿਮ ਮੁੱਦੇ ਦੀ, ਔਰ ਜਿਹੜੀ ਸਿਆਸੀ ਮਜਬੂਰੀਆਂ ਜਿਹੜੀਆਂ ਹੁੰਦੀਆਂ ਨੇ, ਸਿਆਸੀ ਲਾਹੇਬੰਦੀ ਲਈ ਸਿਆਸੀ ਜੋ ਲੀਡਰ ਨੇ ਉਹ ਕਿਹੜੇ ਕਿਹੜੇ ਫੈਸਲੇ ਲੈਂਦੇ ਨੇ, ਔਰ ਬਾਅਦ 'ਚ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਮਜਬੂਰ ਹੋ ਕੇ ਉਹਨੂੰ ਅਮਲ 'ਤੇ ਲਿਆਉਣਾ ਪੈਂਦਾ, ਉਹਨਾਂ ਨੂੰ ਇੰਪਲੀਮੈਂਟ ਕਰਨਾ ਪੈਂਦਾ, ਔਰ ਇਹ ਚੀਜ਼ ਅੱਜ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸਾਹਮਣੇ ਵੀ ਹੋਏਗੀ, ਕਿਉਂਕਿ ਸਰਕਾਰੀ ਖਜ਼ਾਨਾ ਖਾਲੀ ਹੈ ਔਰ 50 ਲੱਖ ਸਮਾਰਟਫੋਨ ਦੇਣ ਦਾ ਵਾਅਦਾ ਕਰਕੇ ਇਹ ਸਰਕਾਰ ਜਿਹੜੀ ਹੈ ਸਰਕਾਰ ਬਣੀ ਹੈ। ਜਦੋਂ ਇਲੈਕਸ਼ਨਾਂ ਦੇ ਟਾਈਮ ਇਹ ਵਾਅਦਾ ਕੀਤਾ ਗਿਆ ਸੀਗਾ, ਉਦੋਂ ਯਾਦ ਹੋਏਗਾ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਾਂਗੇ। ਮੈਨੂੰ ਇਹ ਲੱਗਦਾ ਕੈਪਟਨ ਅਮਰਿੰਦਰ ਸਿੰਘ ਜਦੋਂ ਸੀਟ 'ਤੇ ਆ ਕੇ ਬੈਠੇ ਹੋਣੇ ਆ, ਜਦੋਂ ਉਹਨਾਂ ਨੇ ਚਾਰਜ ਲਿਆ ਹੋਣਾ ਪੰਜਾਬ ਦਾ, ਦੈਨ ਹੀ ਮਸਟ ਹੈਵ ਰਿਅਲਾਈਜ਼ਡ ਕਿ ਮੈਂ ਕਿਹੜੇ ਕਿਹੜੇ ਵਾਅਦੇ ਕਰ ਦਿੱਤੇ। ਜਿਹੜੇ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ੀ ਕਰਨਾ, ਉਹ ਵੀ ਬਹੁਤ ਹੀ ਵੱਡੀ ਰਕਮ ਹੈ ਜਿਹਦੇ ਸਰਕਾਰੀ ਖਜ਼ਾਨੇ ਦਾ ਮੁਕਾਬਲੇ ਉਹ ਬਹੁਤ ਵੱਡੀ ਰਕਮ ਹੈ, ਔਰ ਉਹ ਹਾਲੇ ਕਿਸ਼ਤਾਂ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਸ਼ੁਰੂ ਕੀਤਾ ਗਿਆ। ਹੁਣ ਸਮਾਰਟਫੋਨ ਦੀ ਅਸੀਂ ਕੈਲਕੂਲੇਸ਼ਨ ਲਗਾਈ ਕਿ 50 ਲੱਖ ਸਮਾਰਟਫੋਨ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਦੇ 100 ਦਿਨਾਂ ਦੇ ਅੰਦਰ ਦੇ ਦਾਂਗੇ। 100 ਦਿਨ ਤੋਂ ਕਾਫੀ ਹੋਏ ਅਤੇ ਕਾਫੀ ਦਿਨ ਬੀਤ ਗਏ ਨੇ, ਲੇਕਿਨ ਹੁਣ ਇਸ ਵਾਰੀ ਖਬਰ ਆ ਰਹੀ ਕਿ ਦੀਵਾਲੀ ਤੱਕ ਇਹ ਫੋਨ ਥੋੜ੍ਹੇ ਜਿਹੇ ਇੱਕ ਪਹਿਲੀ ਕਿਸ਼ਤ ਵਿੱਚ ਜਾਰੀ ਕੀਤੇ ਜਾਣਗੇ ਸਮਾਰਟਫੋਨ ਜਿਹੜੇ ਹੋਏਗੇ। ਸਵਾਲ ਇਹ ਉੱਠਦਾ ਹੈ ਕਿ ਪੰਜਾਬ ਸਰਕਾਰ ਨੂੰ ਹੁਣ ਕੀ ਸਿਆਸੀ ਮਜਬੂਰੀ ਹੈ ਕਿ ਇਹ ਵਾਲੇ ਸਮਾਰਟਫੋਨ ਦੇਣੇ ਹੀ ਦੇਣੇ ਪੈਣਗੇ, ਕਿਉਂਕਿ ਤੁਸੀਂ ਇੱਕ ਨੌਜਵਾਨ ਦੇ ਜਿਹੜਾ ਵੋਟ ਬੈਂਕ ਉਹਨੂੰ ਨਾਰਾਜ਼ ਨਹੀਂ ਕਰ ਸਕਦੇ ਜਿਸ ਤਰ੍ਹਾਂ ਅਸੀਂ ਪਹਿਲਾਂ ਜ਼ਿਕਰ ਕੀਤਾ। ਸਵਾਲ ਇਹ ਵੀ ਹੁੰਦਾ ਹੈ ਕਿ ਜਦੋਂ ਪੰਜਾਬ ਸਰਕਾਰ ਦੇ ਕੋਲ ਇਹਨਾਂ ਚੀਜ਼ਾਂ ਵਾਸਤੇ ਪੈਸੇ ਖਰਚ ਕਰਨ ਨੂੰ ਹੈਗੇ ਹੈ, ਅਤੇ ਬਾਕੀ ਇਹ ਵੀ ਪਤਾ ਲੱਗੇ ਕਿ ਪਿਛਲੇ ਇੰਨੇ ਦਿਨਾਂ ਦੇ ਵਿੱਚ ਕਿੰਨੇ ਸਕੂਲ, ਕਿੰਨੀ ਕਾਲਜ, ਕਿੰਨੀਆਂ ਯੂਨੀਵਰਸਿਟੀਆਂ ਪੰਜਾਬ ਦੇ ਵਿੱਚ ਬਣੀਆਂ, ਜਾਂ ਕੀ ਪਲਾਨ ਹੈ ਜਾਂ ਕੀ ਪ੍ਰੋਜੈਕਟ ਹੈ ਇਸ ਬਾਰੇ, ਕੋਈ ਜਿਹੜੇ ਅਸਲੀ ਮੁੱਦੇ ਸੀ ਪੰਜਾਬ ਸਰਕਾਰ ਦੇ, ਜੋ ਪੰਜਾਬ ਦੀ ਜਨਤਾ ਦੇ, ਪੰਜਾਬ ਦੇ ਆਵਾਮ ਦੇ ਜੋ ਸੋਚ ਕੇ ਉਹਨਾਂ ਨੇ ਵੋਟਾਂ ਪਾਈਆਂ ਸੀ, ਉਹ ਹਾਲੇ ਸਾਰੇ ਬੈਕ ਸੀਟ 'ਤੇ ਚਲੇ ਗਏ ਨੇ। ਇਹ ਸਾਰੀਆਂ ਚੀਜ਼ਾਂ ਚੱਲਦੀਆਂ ਪਈਆਂ, ਲੇਕਿਨ ਇਹ ਵੀ ਚੀਜ਼ ਹੁੰਦੀ ਹੈ ਕਿ ਜਦੋਂ ਪੰਜਾਬ ਸਰਕਾਰ ਦਾ ਥੋੜ੍ਹਾ ਜਿਹਾ ਵਰਕਿੰਗ ਸਟਾਈਲ ਤੁਹਾਨੂੰ ਦੱਸਣਾ ਚਾਹਾਂਗਾ। ਇੱਕ ਖਬਰ ਸਾਨੂੰ ਇਹ ਮਿਲੀ ਹੈ ਇੰਟਰਨੈਟ 'ਤੇ ਵੀ ਲੱਭੀ, ਉਹ ਹੈਗੀ ਹੈ ਕਿ ਪੰਜਾਬ ਸਰਕਾਰ ਦੇ ਕੰਮ ਦਾ ਤੁਹਾਨੂੰ ਦੱਸਦੇ ਹਾਂ ਕਿ ਜਿੱਥੇ ਸਮਾਰਟਫੋਨ 2000 ਕਰੋੜ ਰੁਪਏ ਦੇ ਵੰਡੇ ਜਾਣਗੇ, 50 ਲੱਖ ਫੋਨ ਜਿਹੜੇ ਦੇਣੇ ਆ, 4000 ਦਾ ਵੀ ਫੋਨ ਇੱਕ ਅਗਰ ਲਗਾਈਏ ਤਾਂ 2000 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਚਾਹੀਦੇ ਸਿਰਫ ਟੈਲੀਫੋਨ ਛੜੇ ਸਮਾਰਟਫੋਨ ਦੇਣ ਵਾਸਤੇ, ਜਿਹਦੇ ਵਾਸਤੇ ਹੁਣ ਬਜਟ ਦੇ ਵਿੱਚ ਸਿਰਫ ਜੋ ਰੱਖਿਆ ਗਿਆ ਤਜਵੀਜ਼, ਉਹ ਸਿਰਫ 10 ਕਰੋੜ ਰੁਪਏ ਦਾ ਬਜਟ ਹੈ। 10 ਕਰੋੜ ਰੁਪਏ ਤੋਂ ਸ਼ੁਰੂਆਤ ਹੋਏਗੀ, 2000 ਕਰੋੜ ਤੱਕ ਤਾਂ ਪਤਾ ਨਹੀਂ ਕਦੋਂ ਪਹੁੰਚੇਗੀ ਸਰਕਾਰ। ਸਵਾਲ ਇਹ ਉੱਠਦਾ ਹੈ ਕਿ ਇੱਕ ਚੀਜ਼ ਹੋਰ ਅਸੀਂ ਪਤਾ ਜਿਹੜੀ ਤੁਹਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਬੈਂਚ ਨਹੀਂ ਹੈ, ਪ੍ਰਾਈਮਰੀ ਜਿਹੜੇ ਫਸਟ ਸਟੈਂਡਰਡ ਤੋਂ ਲੈ ਕੇ 5th ਸਟੈਂਡਰਡ ਤੱਕ ਸਾਡੇ ਪਿੰਡਾਂ 'ਚ ਬੱਚੇ ਪੜ੍ਹਦੇ ਨੇ, ਉਹਨਾਂ ਦੇ ਕਈ ਸਕੂਲ ਐਸੇ ਨੇ ਜਿਨ੍ਹਾਂ ਵਿੱਚ ਸਕੂਲਾਂ ਦੇ ਬੱਚਿਆਂ ਦੇ ਕੋਲ ਬੈਠਣ ਦੇ ਲਈ ਬੈਂਚ ਨਹੀਂ ਹੈ, ਉਹ ਬਾਹਰ ਪੇੜਾਂ ਥੱਲੇ ਬੈਠ ਕੇ ਪੜ੍ਹਾਈ ਪੂਰੀ ਕਰਦੇ ਨੇ। ਔਰ ਪੰਜਾਬ ਸਰਕਾਰ ਨੇ ਪਿਛਲੇ ਸਾਲ ਜੋ ਜਿਹੜਾ ਫਾਈਨੈਂਸ਼ੀਅਲ ਈਅਰ ਦਾ ਬਜਟ ਸੀ ਉਹਦੇ 'ਚ 21 ਕਰੋੜ ਰੁਪਏ ਦੀ ਰਕਮ ਰੱਖੀ ਸੀ, 21 ਕਰੋੜ ਦੀ ਪੂਰੀ ਰਕਮ ਲੈਪਸ ਕਰ ਗਈ, ਇੱਕ ਪੈਸਾ ਉਹਦੇ 'ਚ ਖਰਚ ਨਹੀਂ ਹੋਇਆ, ਇੱਕ ਪੈਸੇ ਦਾ ਸਕੂਲ ਬੈਂਚ ਨਹੀਂ ਖਰੀਦਿਆ ਗਿਆ, ਕਿਉਂਕਿ ਨਾ ਪਰਚੇਜ਼ ਆਰਡਰ ਪੂਰੇ ਹੋਏ, ਨਾ ਉਹਦੇ ਕੋਈ ਟੈਂਡਰ ਕੱਢੇ ਗਏ। ਜਿਹੜਾ ਡਾਇਰੈਕਟਰ ਐਜੂਕੇਸ਼ਨ ਪੰਜਾਬ ਦਾ ਬਿਆਨ ਹੈ, ਮੀਡੀਆ ਦੇ ਵਿੱਚ ਸਾਰਾ ਇਹ ਰਿਪੋਰਟਡ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਸਰਕਾਰ 21 ਕਰੋੜ ਰੁਪਇਆ 'ਤੇ ਰਕਮ ਰੱਖਦੀ ਹੈ ਔਰ ਖਰਚ ਨਹੀਂ ਕਰਦੀ, ਔਰ ਥੋੜ੍ਹੇ ਹੀ ਦਿਨ ਪਹਿਲਾਂ ਪੰਜਾਬ ਸਰਕਾਰ ਨੇ NRI ਬਰਾਦਰੀ ਨੂੰ, NRI ਭਾਈਚਾਰੇ ਨੂੰ ਇਹ ਅਪੀਲ ਹੋਈ, ਪੰਜਾਬ ਦੀ ਕੈਬਨਿਟ ਦੇ ਵਿੱਚ ਫੈਸਲਾ ਹੋਇਆ, ਔਰ ਉਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ NRI ਬਰਾਦਰੀ ਨੂੰ, NRI ਭਾਈਚਾਰੇ ਨੂੰ ਅਪੀਲ ਕੀਤੀ ਜਾਏ ਕਿ ਤੁਸੀਂ ਪੰਜਾਬ ਦੇ ਜਿਹੜੇ ਪਿੰਡਾਂ 'ਚ ਸਕੂਲਾਂ 'ਚ ਪੜ੍ਹ ਕੇ ਗਏ ਹੋ, ਉਹਨਾਂ ਸਕੂਲਾਂ ਨੂੰ ਆ ਕੇ ਅਡੋਪਟ ਕਰੋ, ਉਹਨਾਂ ਨੂੰ ਗੋਦ ਲਓ, ਉਹਨਾਂ ਦੀ ਇਮਾਰਤਾਂ ਵਾਸਤੇ, ਬੈਂਚਾਂ ਵਾਸਤੇ, ਬਲੈਕਬੋਰਡ ਵਾਸਤੇ ਇਹ ਸਾਰੇ ਪੈਸੇ ਤੁਸੀਂ ਥੋੜ੍ਹੀ ਜਿਹੀ ਉਹਦੀ ਫਾਈਨੈਂਸ਼ੀਅਲ ਅਸਿਸਟੈਂਸ ਦਿਓ। ਸਵਾਲ ਇਹ ਉੱਠਦਾ ਹੈ ਕਿ ਸਰਕਾਰਾਂ ਦੇ ਕੋਲ, ਮੈਂ ਕਹਾਂਗਾ ਅਗਰ VIP ਸਿਕਿਉਰਿਟੀ ਵਾਸਤੇ ਪੈਸਾ ਹੈ, ਸਮਾਰਟਫੋਨ ਦੇਣ ਵਾਸਤੇ ਪੈਸਾ ਹੈ, ਹੋਰ ਚੀਜ਼ਾਂ ਵਾਸਤੇ ਪੈਸਾ ਹੈ, ਅਤੇ ਸਕੂਲਾਂ ਦੇ ਬੈਂਚ ਲੈਣ ਵਾਸਤੇ NRIs ਨੂੰ ਕਿਉਂ ਬੁਲਾਇਆ ਜਾਂਦਾ? ਇਹ ਉਹੀਓ NRIs ਨੇ ਜਿਨ੍ਹਾਂ ਦਾ ਅਸੀਂ ਵਾਰ-ਵਾਰ ਜ਼ਿਕਰ ਕਰਦੇ ਹਾਂ ਕਿ NRIs ਜਦੋਂ ਇਹਨਾਂ ਦੇ ਪਲਾਟ ਦੱਬੇ ਜਾਂਦੇ ਨੇ, ਜਦੋਂ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਹੈਰਸ ਕਰਦੇ ਨੇ, ਉਹਨਾਂ ਦੀ ਜਾਇਦਾਦਾਂ 'ਤੇ ਕਬਜ਼ੇ ਹੋ ਜਾਂਦੇ ਨੇ, ਇਹੀਓ NRI ਜਾ ਕੇ ਪੰਜਾਬ ਪੁਲਿਸ ਦੇ ਥਾਣਿਆਂ ਦੇ ਬਾਹਰ 4-4 ਘੰਟੇ ਬੈਂਚਾਂ 'ਤੇ ਬੈਠੇ ਰਹਿੰਦੇ ਨੇ, ਇਹ ਖੱਜਲ ਖੁਆਰ ਹੁੰਦੇ ਨੇ। ਉਦੋਂ ਤਾਂ NRIs ਦਾ ਕੋਈ ਇਮੋਸ਼ਨਸ ਦਾ ਖਿਆਲ ਨਹੀਂ ਆਉਂਦਾ, ਨਾ ਤਦ NRIs ਦੇ ਕਿਸੇ ਕੰਟਰੀਬਿਊਸ਼ਨ ਦਾ ਸਰਕਾਰਾਂ ਨੂੰ ਖਿਆਲ ਆਉਂਦਾ। ਜਦੋਂ ਇਨਵੈਸਟਮੈਂਟ ਚਾਹੀਦੀ ਹੁੰਦੀ ਹੈ ਤਦ ਇੱਕ ਵੱਡੇ ਸੈਮੀਨਾਰ ਕਰਕੇ NRIs ਨੂੰ ਬੁਲਾਇਆ ਜਾਂਦਾ, ਆਓ ਜੀ ਇਨਵੈਸਟਮੈਂਟ ਕਰੋ। ਉਹਨਾਂ ਸੈਮੀਨਾਰਾਂ ਦਾ ਬਾਅਦ ਵਿੱਚ ਕੀ ਪ੍ਰਤੀਕਰਮ ਨਿਕਲਦਾ, ਕੀ ਰਿਜ਼ਲਟ ਨਿਕਲਦਾ, ਉਹ ਬਾਅਦ ਦੀ ਗੱਲ ਹੈ। ਲੇਕਿਨ ਕਿਆ NRIs ਨੂੰ ਹੀ ਤੁਸੀਂ ਕਿਉਂ ਇਸ ਤਰ੍ਹਾਂ ਅਪਰੋਚ ਕਰਦੇ ਹੋ, ਕਿਉਂ ਅਪੀਲ ਕਰਦੇ ਹੋ? ਤੁਸੀਂ ਆਪਣੇ ਕੰਮਕਾਜ ਨੂੰ ਅਗਰ ਕੋਈ ਸਰਕਾਰਾਂ ਠੀਕ ਕਰਨ ਤਾਂ ਇਹ ਚੀਜ਼ ਦੀ ਲੋੜ ਹੀ ਨਾ ਪਏ। NRIs ਦੀ ਇੱਕ ਆਪਣੀ ਇਮੋਸ਼ਨਲ ਅਟੈਚਮੈਂਟ ਹੈ, ਉਸ ਮਿੱਟੀ ਦੇ ਨਾਲ ਉਹਨਾਂ ਦਾ ਜੁੜਾਵ ਹੈ, ਉਹ ਜਾਣਾ ਚਾਹਣਗੇ, ਖਰਚ ਵੀ ਕਰਨਾ ਚਾਹਣਗੇ, ਲੇਕਿਨ ਇਨ ਰਾਈਟ ਵੇ। ਇਹ ਜਿਹੜੀ ਅਪਰੋਚ ਹੈ ਇਹ ਗਲਤ ਹੈ। ਅਸੀਂ ਇਸ ਬਾਰੇ ਦਰਸ਼ਕਾਂ ਨਾਲ ਗੱਲ ਕਰ ਰਹੇ ਹਾਂ। ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਜੀ? ਮੈਂ ਸ਼ਹਿਰਲ ਤੋਂ ਬੋਲਦਾ, ਗਿਆਨ ਸਿੰਘ ਨਾਮ ਮੇਰਾ ਜੀ। ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਆਪਣੀ ਰਾਏ ਦੇਣਾ, ਵੈਸੇ ਤਾਂ ਸਿਆਸਤਦਾਨ ਬਹੁਤ ਉੱਚੇ ਹੁੰਦੇ ਆ,
ਜ਼ਿਮੀਦਾਰਾਂ ਦੇ ਕਰਜ਼ੇ ਵੱਧ ਮੋੜ ਦੇਣ ਤੇ ਉਹ ਵੀ ਤਾਂ ਵੋਟਾਂ ਦੀ ਆ ਹੀ ਜਾਣੀਆਂ ਇਹਨਾਂ ਨੂੰ। ਲੇਕਿਨ ਉਹ ਅਲੱਗ ਅਲੱਗ ਸੈਗਮੈਂਟ ਹੈ ਨਾ ਜੀ, ਉਹ ਕਿਸਾਨਾਂ ਦਾ ਵੋਟ ਬੈਂਕ ਅਲੱਗ ਹੈ, ਪਿੰਡਾਂ ਦਾ ਵੋਟ ਬੈਂਕ ਅਲੱਗ ਹੈ, ਔਰ ਨੌਜਵਾਨਾਂ ਦਾ ਵੋਟ ਬੈਂਕ ਅਲੱਗ ਹੈ। ਉਹ ਉਹਨਾਂ ਦੇ ਕਰਜ਼ੇ ਨਹੀਂ ਮੋੜ ਦਊਗੇ ਤੇ ਉਹ ਵੋਟ ਵੀ ਜਾਂਦੇ ਰਹੂਣੇ ਇਹਨਾਂ ਦੀ, ਉਹ ਵੀ ਤਾਂ ਆਣੇ ਕਿ ਨਹੀਂ ਜੀ ਜੀ, ਸਾਰੇ ਕਿੱਦਾਂ ਆ ਜਾਣਗੇ ਜੇ ਨਹੀਂ। ਤੇ ਜਿਹੜੇ ਜਿਹੜੇ ਇਹਨਾਂ ਨੌਕਰੀਆਂ ਦੇ ਵਾਅਦੇ ਕੀਤੇ ਆ, ਕਿਉਂ ਨਹੀਂ ਨੌਕਰੀਆਂ ਪੈਦਾ ਕਰਦੇ ਉਹਨਾਂ ਦੇ ਇਹਨਾਂ ਪੈਸਿਆਂ ਨਾਲ? ਉਹ ਵੀ ਤਾਂ ਉਹ ਜਿਹਨਾਂ ਜਿਹਨਾਂ ਨੇ ਨੌਕਰੀਆਂ ਦੇ ਵਾਅਦੇ ਕੀਤੇ ਆ ਤੇ ਉਹਨਾਂ ਦਾ ਕਿੱਦਾਂ ਇਹ ਫਾਇਦਾ ਉਠਾ ਲੈਣਗੇ? ਮਤਲਬ ਸਮਾਰਟਫੋਨਾਂ ਨਾਲ ਤਾਂ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਨੂੰ ਵੋਟਾਂ ਪੈ ਹੀ ਜਾਣਗੀਆਂ। ਆਪਣੀ ਆਪਣੀ ਸੋਚ ਆ, ਉਹ ਕੰਮ ਕਰੋ ਜਿੰਨਾ ਕੋਈ ਫਾਇਦਾ ਵੀ ਹੋਵੇ ਤੇ ਜਿੰਨਾ ਕੋਈ ਆਪਣਾ ਹਰ ਇੱਕ ਨੂੰ ਹੋਵੇ ਤੇ ਆਪਣਾ ਵੀ ਕੁਛ ਬਣ ਜਾਏ। ਠੀਕ ਹੈ, ਕੰਮ ਕਰਨਾ ਚਾਹੀਦਾ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਅੱਛਾ ਬੋਲੇ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਿੱਥੋਂ ਬੋਲ ਰਹੇ ਜੀ, ਕੀ ਸ਼ੁਭ ਨਾਮ? ਕੈਪਟਨ ਸਰ, ਇੰਡੀਆ ਵਾਲੇ ਟੈਲੀਫੋਨ ਨਾਲ ਕਿਹੜੀ ਏਡੀ ਵੱਡੀ ਅੱਗ ਲੱਗੀ ਆ ਵੀ ਨੌਜਵਾਨ ਟੈਲੀਫੋਨ ਦੇ? ਤੁਸੀਂ ਆਪਣਾ ਨਾਮ ਦੱਸੋਗੇ ਜੀ, ਕਿੱਥੋਂ ਬੋਲ ਰਹੇ ਹੋ, ਆਪਣਾ ਨਾਮ ਦੱਸੋ ਦਰਸ਼ਕਾਂ ਨੂੰ। ਮੈਂ ਘੁੰਮਣ ਬੋਲਦਾ ਵਰਜੀਨੀਆ ਤੋਂ। ਅੱਛਾ ਜੀ, ਹਾਂ, ਕੀ ਕਹਿਣਾ ਚਾਹੋਗੇ ਜੀ ਤੁਸੀਂ? ਕਹਿਣਾ ਕੀ ਆ ਵੀ ਇਹਨੂੰ ਇੰਨੇ ਝੂਠੇ ਵਾਅਦੇ ਕਰਨੇ, ਟੈਲੀਫੋਨ ਦੇ ਦੂੰਗਾ, ਉਹ ਕਰ ਦਾਂਗਾ, ਆਹ ਕਰ ਦਾਂਗਾ, ਇਹਨੂੰ ਕਿਹੜੀ ਏਡੀ ਅੱਗ ਲੱਗੀ ਵੀ ਇਹ ਯੰਗ ਬਲੱਡ ਨੂੰ ਟੈਲੀਫੋਨ ਦੇਵੇ? ਹੈਲੋ, ਹਾਂਜੀ ਹਾਂਜੀ, ਦੱਸੋ। ਇਹ ਟੈਲੀਫੋਨ ਦੇਵੇ ਕਿਉਂਕਿ ਟੈਲੀਫੋਨ ਤੇ ਨਿਰੀ ਬਰਬਾਦੀ, ਤੁਹਾਨੂੰ ਪਤਾ ਆਨਲਾਈਨ ਜੋ ਮਰਜ਼ੀ ਹੁੰਦਾ ਰਹੇ, ਬਾਕੀ ਇਹ ਇਹਨਾਂ ਇਹਦੇ ਕੋਲ ਇੰਨੇ ਪੈਸੇ ਆ, ਹੁਣ ਇਹਨਾਂ ਤਰਲੇ ਜੋ ਮਾਰਦੇ ਆ ਤੇ ਇੱਥੇ ਆਣ ਕੇ ਡਾਕਟਰ ਕਰੋ, ਪਹਿਲਾਂ ਸੁੱਤੇ ਹਨ, ਪਹਿਲਾਂ ਉਹਨਾਂ ਕੋਲ ਡਾਕਟਰ ਨੂੰ ਕੋਈ ਇਹਨਾਂ ਕੋਈ ਗੱਲ ਨਹੀਂ ਕੀਤੀ ਵੀ ਇੱਥੇ ਆਣ ਕੇ ਕੋਈ ਬੰਦੇ ਨੇ ਅਡਾਪਟ ਕਰੋ ਵੀ ਜਿੱਦਾਂ ਵੀ ਆ। ਹੁਣ ਵੇਖੋ ਇਹਨੇ ਐਵੇਂ ਇਹਨੂੰ ਕੀ ਲੋੜ ਹੈ ਜੇ ਝੂਠੇ ਵਾਅਦੇ ਕਰਨੇ ਪਏ, ਮੈਂ ਤੁਹਾਨੂੰ ਟੈਲੀਫੋਨ ਦੇ ਦੂੰਗਾ, ਮੈਂ ਕਰਜ਼ੇ ਲਾ ਦੂੰਗਾ, ਇੱਕ ਬੰਨੇ ਹੋਏ। ਥੈਂਕ ਯੂ ਸੋ ਮੱਚ। ਇਹ ਸਾਡੇ ਦਰਸ਼ਕ ਕਹਿੰਦੇ ਨੇ ਕਿ ਜਿਹੜੇ ਸਿਆਸੀ ਪਾਰਟੀਆਂ ਨੇ ਉਹਨਾਂ ਨੂੰ ਸੋਚ ਸਮਝ ਕਰ ਵਾਅਦੇ ਕਰਨੇ ਚਾਹੀਦੇ। ਕਹਿੰਦੇ ਕਿ ਜੋ ਲੰਬੇ ਚੌੜੇ ਵਾਅਦੇ ਨਹੀਂ ਕਰਨੇ ਚਾਹੀਦੇ, ਇਲੌਜੀਕਲ ਵਾਅਦੇ ਨਹੀਂ ਕਰਨੇ ਚਾਹੀਦੇ। ਘੱਟ ਤੋਂ ਘੱਟ ਇਹ ਰਿਅਲਾਈਜ਼ ਜ਼ਰੂਰ ਕਰਨਾ ਚਾਹੀਦਾ ਕਿ ਜਦੋਂ ਕੱਲ੍ਹ ਨੂੰ ਸੀਟ 'ਤੇ ਬੈਠੋਗੇ, ਸਰਕਾਰੀ ਖਜ਼ਾਨੇ ਦੀ ਚਾਬੀ ਹੱਥ 'ਚ ਆਏਗੀ, ਤਾਂ ਤੁਸੀਂ ਉਹ ਵਾਅਦੇ ਪੂਰੇ ਕਿਸ ਤਰ੍ਹਾਂ ਕਰੋਗੇ। ਲੇਕਿਨ ਸਿਆਸੀ ਮਜਬੂਰੀਆਂ ਹੁੰਦੀਆਂ ਨੇ, ਇਲੈਕਸ਼ਨਾਂ ਤੋਂ ਪਹਿਲਾਂ ਅਲੱਗ ਹੁੰਦੀਆਂ ਨੇ, ਇਲੈਕਸ਼ਨਾਂ ਦੇ ਟਾਈਮ ਅਲੱਗ ਹੁੰਦੀਆਂ ਨੇ, ਔਰ ਇਲੈਕਸ਼ਨਾਂ ਤੋਂ ਬਾਅਦ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ ਉਦੋਂ ਵੀ ਮਜਬੂਰੀਆਂ ਵੱਖਰੀਆਂ ਹੁੰਦੀਆਂ ਨੇ। ਇਹ ਸਿਆਸੀ ਮਜਬੂਰੀਆਂ ਸਾਡੇ ਸਿਆਸਤਦਾਨਾਂ ਤੋਂ ਕੀ ਕੁਛ ਨਹੀਂ ਕਰਾਉਂਦੀਆਂ, ਇਸ ਬਾਰੇ ਗੱਲ ਕਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।